असनाथ यंग मैन ना गल करांगे, साडे ना इंटरव्यू च मौजूद ने असनाथ भाई, पाकिस्तान गुजरात में और इटली त्रेंटो तूने। वालेकुम अस्सलाम हुसनात, बहुत बहुत मुबारक आपको, कंग्रेचुलेशन, मुबारक, वधाइयां ते अगूरी। इटली पहुंच जहाज थले लांदा है ना इटली च, उस वे चा होंगे जिस वे कार्ड मिलता है, क्योंकि ए गड्डी नजर आ रही होंगी, BMW नजर आ रही होंगी। जुबान भी नहीं आंदी, फिर भी लाइसेंस किस तरह कर लिया तुसी? जिस टाइम मैं तुहाडे नाल स्टार्ट कीता है ना, मैनूं तकरीबन जो बेसिक लफ़ज़ आंदे सन, मतलब चाओ हो गया, इस बेसिक जबान पहले ते बंदे दे इरादा होना चाहिए, पहले बंदा इरादा अच्छा कर नहीं करे तो इंशाल्लाह मंजिल ते पहुंच जांदा। ठीक है जी, इरादा ही कीता सी के करना पतेंते, इस वास्ते वीडियो चेक कीतियां ते ओदे ते बहुत अच्छा सर जी समझ भी आई, जबान दी भी समझ आई, माशाल्लाह सर जी जबान में जबान दा भी इतना मसला नहीं होंदा, ते जबान एक उस्ताद होंगे, उस्ताद तो अलावा सर जी अच्छे मोटिवेटर भी पाए गए हो। हाँ, थोड़ा जा 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 यानी के थोड़ा उस लफ्ज़ भी मिलजुल के करी दिए ते जरूरी तां फुल रोजा मिल गया हसनात, फुल रोजा आ गया तुहाडा इस्तेमाल कर बहुत अच्छी है और एक बिलकुल कह सकते हो कि अटेस्टेड मोहर लगी हुई है, बाहर सवाल नहीं आता, ही आंदा कोई भी सवाल आवे, एक ते ऐ स्केदे करिया करो, और की ये एक गुइदा ए वाई ओदा नाम है, तुसी प्ले स्टोर जाके लिखोगे ते वो भी डाउनलोड हो जांदी, वो भी अच्छी है। गलीलियो वो भी अच्छी एप्लीकेशन है, तीन हो गई जी, और साड़ी अपनी ऐप अली पतेंते दी, ओदे च भी क्विज करने वाला ऑप्शन है, ओदे च कलर भी देंदी है, वर्ड मीनिंग भी ने, वो भी अच्छी है। हसनात चले आपसे दो चार सवाल करते हैं, यंग मैन जरा ये सवाल सुनाओ। Un'autovettura dotata di notevole massa costituisce nella circolazione una garanzia di sicurezza anche per gli altri veicoli di dimensione e di massa inferiori. Vedo, Sarci.
ਵੇਰੂ ਕਹਿ ਰਹੇ ਨੇ ਔਰ ਇਹਨਾਂ ਦੇ ਚਲੋ ਮੈਂ ਨਹੀਂ ਬੋਲਦਾ ਪਹਿਲਾਂ ਫੈਸਲ ਤੁਸੀਂ ਦੱਸੋ। ਹਾਂਜੀ ਸਰ, ਮੈਨੂੰ ਵੀ ਇਹਦਾ ਨਕਸ਼ਾ ਕਦਮ ਜਿਹੜਾ ਵੇਰੋ ਵਾਲਾ ਹੀ ਲੱਗਦਾ ਪਿਆ। ਵੇਰੋ ਵਾਲਾ ਲੱਗਦਾ ਹੈ। ਔਰ ਸ਼ਹਿਜ਼ਾਦ ਸਾਹਿਬ ਤੁਹਾਡਾ ਕੀ ਖਿਆਲ ਹੈ? ਮੈਂ ਗਜ਼ਾਲਾ ਅੰਜਮ ਤੁਹਾਡਾ ਕੀ ਖਿਆਲ? ਤੁਸੀਂ ਸਾਰੇ ਪਾਸ ਹੋ ਗਏ ਹੋ। ਇਹ ਸਵਾਲ ਵੇਰੋ ਹੀ ਫਾਲਸੋ ਦੇਤਾ ਫੈਸਲ ਜੀ, ਮੈਨੂੰ ਤਾਂ ਫਾਲਸਾ ਲੱਗ ਰਿਹਾ ਹੈ। ਫਾਲਸੋ ਹੈ, ਫਾਲਸੋ ਹੀ ਲੱਗ ਰਿਹਾ ਹੈ। ਬਿਲਕੁਲ ਗਜ਼ਾਲਾ ਜੀ ਠੀਕ ਦੱਸਿਆ ਹੈ, ਇਹ ਸਵਾਲ ਫਾਲਸੋ ਸੀ। ਔਰ ਬਾਕੀ ਸਰ ਜੀ ਮੈਨੂੰ ਵੀ ਫਾਲਸੋ ਹੀ ਲੱਗਦਾ ਪਿਆ ਆ। ਬ੍ਰਾਵੋ ਗ੍ਰਾਂਸੀਆ ਸਿਕੁਰੇਸਾ, ਤੁਸੀਂ ਵੇਖ ਕੇ ਨਾ ਸ਼ਾਇਦ ਵੇਖਿਆ ਤੁਸੀਂ ਕਿਆ ਕਿਹਾ। ਫਾਲਸੋ ਹੈ, ਫਾਲਸੋ ਹੈ, ਵੈਰੀ ਗੁੱਡ। ਹਸਨਾਤ ਯੰਗ ਮੈਨ ਬਤਾ ਰਹੇ ਹੈ ਕਿ ਭਾਈ ਮੈਂ ਜੇ 6-7 ਮਹੀਨੇ ਹੋਏ ਇਟਲੀ ਆਏ ਔਰ ਮੈਨੇ ਆਤੇ ਸਾਥ ਹੀ ਲਾਇਸੈਂਸ ਕਰ ਲਿਆ। ਹਸਨਾਤ ਹੁਣ ਤੁਹਾਡਾ ਨੈਕਸਟ ਕੀ ਮਿਸ਼ਨ ਹੈ, ਮਤਲਬ ਇਸ ਲਾਇਸੈਂਸ ਤੋਂ ਕੀ ਫਾਇਦਾ ਲੋਗੇ? ਸਰ ਜੀ ਪਹਿਲੇ ਨੰਬਰ ਤੇ ਹੁਣ ਪਹਿਲੇ ਜੌਬ ਦਾ ਜਿਹੜਾ ਮਸਲਾ ਜ਼ਿਆਦਾ ਉਹ ਹੱਲ ਹੋ ਗਿਆ। ਪਹਿਲੇ ਜੌਬ ਦਾ ਬਹੁਤ ਜ਼ਿਆਦਾ ਮਸਲਾ ਸੀ, ਹੁਣ ਦੋ ਤਿੰਨ ਆਈਏ ਮੈਂ ਲਾਇਸੈਂਸ ਕੀਤਾ ਨਹੀਂ ਵੈਸੇ, ਤੇ ਦੋ ਤਿੰਨ ਦੋਸਤਾਂ ਨੇ ਆਫਰ ਕੀਤੀ ਕਿ ਮਤਲਬ ਜੌਬ ਦਾ ਜੌਬ ਕਰਨੀ ਹੋਵੇ ਤੇ ਉਸ ਬਾਰੇ ਦੱਸਿਓ, ਕਿਉਂਕਿ ਸਿਹਤ ਲਾਇਸੈਂਸ ਗਏ ਤੇ ਲਾਇਸੈਂਸ ਕਰਨ ਤੋਂ ਬਾਅਦ ਇੱਕ ਤਾਂ ਫੈਮਿਲੀ ਅਪਲਾਈ ਕਰੇ ਬੰਦਾ ਤੇ ਉਸ ਉਹਦਾ ਫਾਇਦਾ ਹੈ ਕਿ ਸਰ ਜੀ ਫੈਮਿਲੀ ਨੂੰ ਕੋਈ ਡਿਫੀਕਲਟ ਜ਼ਿਆਦਾ ਮੁਸ਼ਕਲ ਨਹੀਂ ਹੁੰਦੀ। ਮੁਸ਼ਕਿਲ ਨਹੀਂ ਹੁੰਦੀ, ਵੇਖੋ ਜੌਬ ਦੀ ਆਫਰ ਕਹਿ ਰਹੇ ਨੇ ਹੁਣ ਹੀ ਆ ਗਈ, ਮਤਲਬ ਤੁਸੀਂ ਸਮਝਦੇ ਹੋ ਕਿ ਲਾਇਸੈਂਸ ਤੋਂ ਬਾਅਦ, ਮਸਲਾ ਹਾਂ ਲਾਇਸੈਂਸ ਤੋਂ ਬਾਅਦ ਜੌਬ ਵਗੈਰਾ ਦੇ ਆਪਸ਼ਨ ਵੱਧ ਜਾਂਦੇ ਨੇ। ਚਲੇ ਬਹੁਤ ਸ਼ੁਕਰੀਆ ਹਸਨਾਤ, ਕੋਈ ਪੈਗਾਮ ਦੇਣਾ ਚਾਹੇ ਆਪਣੇ ਦੋਸਤੋਂ ਕੋ? ਗੁਜਰਾਤ ਵਾਲੇ ਤੋਂ ਬੜੇ ਦੋਸਤ ਆਪਕੇ ਬੈਠੇ ਸੁਣ ਰਹੇ ਹੈ ਜੀ। ਸਰ ਜੀ ਇਹੀ ਇਹਨਾਂ ਨੂੰ ਪੈਗਾਮ ਹੈ ਕਿ ਸਰ ਜੀ ਆਪਣਾ ਦਿਲ ਨਹੀਂ ਛੱਡਣਾ ਤੇ ਆਪਣਾ ਮਿਹਨਤ ਦੇ ਨਾਲ ਜਿਹੜਾ ਸਰ ਜੀ ਤੁਹਾਡੇ ਨਾਲ ਜੁੜੇ ਨੇ। ਜਿਹੜੇ ਸ਼ੁਰੂ ਹੀ ਨਹੀਂ ਕਰ ਰਹੇ ਉਹਨਾਂ ਨੂੰ ਕੁਛ ਕਹੋ, ਸ਼ੁਰੂ ਹੀ ਨਹੀਂ ਕਰ, ਜਿਹੜੇ ਆ ਗਏ ਨੇ ਉਹਨਾਂ ਤੇ ਮੈਂ ਨਹੀਂ ਜਾਣ ਦਿੰਦਾ ਹੁਣ, ਜਿਹੜੇ ਸ਼ੁਰੂ ਹੀ ਨਹੀਂ ਤੇ ਕਰਦੇ ਉਹਨਾਂ ਨੂੰ। ਸਰ ਜੀ ਬਸ ਸੋਚ ਵੀ ਜਾਂਦੇ ਹੋਣਾ ਤੇ ਜਿਹੜੇ ਦੋਸਤ ਸਰ ਜੀ ਨਹੀਂ ਜਿੰਨਾ ਸ਼ੁਰੂ ਕੀਤਾ ਉਹਨਾਂ ਵਾਸਤੇ ਇਹੀ ਬਿਹਤਰ ਬੈਟਰ ਪੈਗਾਮ ਹੈ ਕਿ ਸਰ ਜੀ ਉਹ ਤੁਹਾਡੇ ਨਾਲ ਜੁੜ ਜਾਣ ਤੇ ਇਨਸ਼ਾਅੱਲਾ ਉਹਨਾਂ ਦੀ ਇਕਲੀ ਜਿਹੜੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਕਮ ਹੋ ਜਾਣ। ਮੁਸ਼ਕਲਾਂ ਆਸਾਨ ਹੋ ਜੀ ਜੀ, ਅੱਲਾਹ ਤਾਲਾ ਆਸਾਨੀ ਕਰੇ। ਬਹੁਤ ਸ਼ੁਕਰੀਆ ਯੰਗ ਮੈਨ ਗੁਜਰਾਤ ਸੇ ਥੇ ਔਰ ਤੋਰੀਨੋ ਇਟਲੀ ਸੇ ਪਤੈਂਤੇ ਵੀ ਹਾਸਲ ਕੀਆ ਔਰ ਬਿਲਕੁਲ ਨਿਊ ਹੈ ਮਾਸ਼ਾਅੱਲਾ ਆਤੇ ਸਾਥ ਹੀ